ਇਹ ਦੇਖੋ ਇਹ ਸਾਹਮਣੇ ਲਿਖਿਆ ਹੈ ਲਾਰਾਇਬ ਮਸਜਿਦ ਤਾਂ ਇਹ ਜਿਹੜਾ ਇਹ ਤਾਂ ਇਹ ਲਾਰਾਇਬ ਮਸਜਿਦ ਲਿਖਿਆ ਹੈ ਤਾਂ ਇਹ ਲਾਰਾਇਬ ਅਤਾ ਉੱਲਾ ਖਾਨ ਇਸਖੇਲਵੀ ਦੀ ਜਿਹੜੀ ਬੇਟੀ ਉਹਦਾ ਨਾਮ ਲਾਰਾਇਬ ਹੈ ਜਿਹੜੀ ਅਮੈਰੀਕਾ ਦੇ ਵਿੱਚ ਪੜ੍ਹਦੀ ਪਈ ਹੈ ਉਹ ਅਮੈਰੀਕਾ ਦੇ ਵਿੱਚ ਰਹਿੰਦੀ ਹੈ ਅਤੇ ਇਹ ਮਸਜਿਦ ਦਾ ਮੰਜ਼ੂਰ ਹੈ ਮਸਜਿਦ ਅਤਾ ਉੱਲਾ ਇਸਖੇਲਵੀ ਦੀ ਜਿਹੜੀ ਅਤਾ ਉੱਲਾ ਖਾਨ ਇਸਖੇਲਵੀ ਬਣਵਾਈ ਹੈ ਆਵਾਮ ਵਾਸਤੇ ਬਿਸਮਿਲਲਾਹਿਰਰਹਿਮਾਨਿਰਰਹੀਮ ਅਸਲਾਮ ਅਲੈਕੁਮ ਰਹਿਮਤੁਲਲਾਹਿ ਬਰਕਾਤਹੂ ਤੁਹਾਡਾ ਵੀਰਾ ਕਾਸ਼ਿਫ ਖਾਨ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੈ ਅਤੇ ਅੱਲਾਹ ਤਾਲਾ ਦੇ ਬਰਕਤ ਨਾਂ ਦੇ ਨਾਲ ਸ਼ੁਰੂ ਕਰਦੇ ਹਾਂ ਅੱਜ ਦਾ ਵਲਾਗ ਅਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲੇ ਚੈਨਲ ਸਬਸਕ੍ਰਾਈਬ ਕਰੋ ਬੈਲ ਲਾਈਕਨ ਪ੍ਰੈਸ ਕਰੋ ਆਲ 'ਤੇ ਸੈੱਟ ਕਰੋ ਅਤੇ ਵਲਾਗ ਕਰੇ ਨੇ ਵੀਡੀਓ ਸ਼ੁਰੂ ਅਲਹਮਦੁਲਿਲਾ ਤੁਸੀਂ ਦੇਖਦੇ ਪਏ ਹੋ ਮੇਰੇ ਆਸੂ ਪਾਸੂ ਇਰਦ ਗਿਰਦ ਇਹ ਹੈ ਗੰਦਮ ਦੀ ਫਸਲ ਅਤੇ ਮਾਸ਼ਾਅੱਲਾ ਬਹੁਤ ਅੱਛੀ ਫਸਲ ਥਈ ਖਲੀਏ ਅਤੇ ਮੈਂ ਆਇਆ ਕਿੱਥੇ ਵਤਾਂ ਇਹ ਥੋੜ੍ਹਾ ਕੁ ਡਰਦਾ ਪਿਆ ਮੈਂ ਅੱਜ ਮੈਂ ਘਰ ਕੋ ਨਾ ਖਲਾ ਅੱਜ ਮੈਂ ਆਇਆ ਖਲਾ ਹਾਂ ਅਤਾ ਉੱਲਾ ਇਸਾਖੇਲਵੀ ਦੀ ਇਹ ਸ਼ਾਨਦਾਰ ਜਿਹੜੀ ਪਿੱਛੂ ਦੇਖਦੇ ਪਏ ਹੋ ਨਾ ਮਸਜਿਦ ਦੀ ਖਲੀਏ ਇਹ ਸਾਹਮਣੇ ਮਸਜਿਦ ਅਤੇ ਇਹ ਸਾਰਾ ਏਰੀਆ ਅਤਾ ਉੱਲਾ ਖਾਨ ਇਸਾਖੇਲਵੀ ਦੀ ਕੋਠੀ ਦਾ ਹੈ ਅਤੇ ਮੈਂ ਆਇਆ ਕਿਉਂ ਵਤਾਂ ਇਹਦੇ ਇਸ ਗੱਲੋਂ ਆਇਆ ਵਤਾਂ ਮੈਂ ਥੋੜ੍ਹਾ ਕੁ ਸਪੈਸ਼ਲ ਗਿਣ ਕੇ ਆਇਆ ਵਤਾਂ ਵੀ ਮੈਂ ਥੋੜ੍ਹਾ ਕੁ ਅਤਾ ਉੱਲਾ ਖਾਨ ਇਸਾਖੇਲਵੀ ਦੀ ਜਿਹੜੀ ਕੋਠੀ ਹੈ ਉਸਦਾ ਵਿਜ਼ਿਟ ਕੋਠੀ ਦਾ ਮੈਂ ਵਿਜ਼ਿਟ ਨਾ ਕਰਵਾ ਸਕਦਾ ਕਿਉਂਕਿ ਇਹ ਨਾਮੁਮਕਿਨ ਹੈ ਇਸ ਵਜ੍ਹਾ ਤੋਂ ਕਿਉਂਕਿ ਕੋਠੀ ਦੇ ਅੰਦਰ ਦਾਖਲ ਥਿਉਣ ਵਾਸਤੇ ਬੜਾ ਜਿਗਰਾ ਚਾਹੀਦਾ ਹੈ ਅਤੇ ਬਹੁਤ ਵੱਡੀ ਸਿਫਾਰਿਸ਼ ਚਾਹੀਦੀ ਸਮਝੋ ਇਮਰਾਨ ਖਾਨ ਦੀ ਸਿਫਾਰਿਸ਼ ਚਾਹੀਦੀ ਵਜ਼ੀਰ ਆਜ਼ਮ ਦੀ ਠੀਕ ਹੈ ਨਾ ਲਿਆਦਾ ਜਿਹੜੀ ਮਸਜਿਦ ਦੇ ਜਿਹੜੀ ਬਾਹਰ ਆਮ ਆਵਾਮ ਵਾਸਤੇ ਖੁੱਲ੍ਹੀ ਪਈ ਹੈ ਹਮੇਸ਼ਾ ਵਾਸਤੇ ਜਿਹੜੀ ਅਤਾ ਉੱਲਾ ਖਾਨ ਇਸਾਖੇਲਵੀ ਬਣਵਾਈਏ ਆਪਣੀ ਬੇਟੀ ਲਾਰਾਇਬ ਫਾਤਿਮਾ ਦੇ ਨਾਂ 'ਤੇ ਉਸ ਮਸਜਿਦ ਦਾ ਮੈਂ ਤੁਹਾਨੂੰ ਵਿਜ਼ਿਟ ਕਰਵਾਉਣਾ ਅਤੇ ਅੱਗੇ ਵੀ ਵੀਡੀਓਜ਼ ਮੈਂ ਬਣਾਈ ਹੋਈ ਹੈ ਇੱਕ ਡੂ ਇਸ ਮਸਜਿਦ ਉੱਤੇ ਅਤੇ ਵੱਧ ਮੈਂ ਆਇਆ ਖਲਾਂ ਹੁਣ ਮੈਂ ਆਖਾਂ ਵਲਾਗ ਹੈ ਨਾ ਤੁਹਾਨੂੰ ਨਾ ਇਸ ਮਸਜਿਦ ਦਾ ਵਿਜ਼ਿਟ ਕਰਵਾਵਾਂ ਲੇਕਿਨ ਮਸਜਿਦ ਦੇ ਜਿਹੜੇ ਮੈਂ ਗਿਆ ਹਾਂ ਮਸਜਿਦ ਦੇ ਯਾਨੀ ਕਿ ਬਾਹਰ ਗਿਆ ਤਾਂ ਉੱਥੇ ਮਸਜਿਦ ਦੇ ਅੰਦਰ ਨਾ ਦੋ ਤਿੰਨ ਲੜਕੇ ਖਲਿਆਂ ਜਿਹੜੇ ਉਹ ਫੋਟੋ ਛਿੱਕਦੇ ਖਲਿਆਂ ਫੋਟੋ ਸੈਸ਼ਨ ਕਰਦੇ ਖਲਿਆਂ ਤਾਂ ਇਸ ਵਜ੍ਹਾ ਤੋਂ ਮੈਂ ਇੰਨੇ ਨਿਕਲ ਆਇਆ ਜ਼ਮੀਨ ਵਾਲੇ ਪਾਸੇ ਮੈਂ ਆਖਾਂ ਲੁਗਾ ਠੀਕ ਹੈ ਜਿਹੜੇ ਉਹ ਕੰਮ ਫਰੀ ਹੋ ਸਾਂ ਜਾਂ ਮਸਜਿਦ ਦੇ ਅੰਦਰ ਕੋਈ ਨਾ ਹੋ ਸੀ ਉਹਦੇ ਸਿਹਨ ਦੇ ਵਿੱਚ ਬਹੁ ਅੱਛੇ ਪੌਦੇ ਲੱਗੇ ਹੋਏ ਹਨ ਅਤੇ ਫੋਟੋਗ੍ਰਾਫੀ ਕਰਦੇ ਖਲਿਆਂ ਲੜਕੇ ਤਾਂ ਮੈਂ ਉਹਨਾਂ ਕੋ ਡਿਸਟਰਬ ਨਹੀਂ ਕੀਤਾ ਮੈਂ ਆਖਾਂ ਲੁਗਾ ਬੰਨ ਕੇ ਅਤੇ ਮੈਂ ਵੀਡੀਓ ਬਣਾ ਸਾਂ ਅਤੇ ਹੋਰ ਸੁਣਾਓ ਮੇਰੇ ਕੋ ਬੜੀ ਖੁਸ਼ੀ ਥੀਂਦੀ ਪਈ ਹੈ ਕਿਉਂਕਿ ਮੇਰਾ ਚੈਨਲ ਅਲਹਮਦੁਲਿਲਾ ਥੋੜ੍ਹਾ ਜਿਹਾ ਮੇਰੇ ਕੋ ਗਰੋਅ ਥਿਆ ਹੋਇਆ ਨਜ਼ਰ ਆਉਂਦਾ ਪਿਆ ਕਿਉਂਕਿ ਅੱਗੇ ਮੇਰੇ ਵਿਊਜ਼ ਬਹੁ ਘਾਟਾਂ ਹੋਣ ਮੇਰੇ ਵਿਊਜ਼ ਤਕਰੀਬਨ 100 ਤੋਂ ਟੱਪਦੇ ਪਏ ਹਨ ਤਾਂ ਮੇਰੇ ਕੋ ਇਸ ਗੱਲ ਦੀ ਬੜੀ ਖੁਸ਼ੀ ਥੀਂਦੀ ਪਈ ਤਾਂ ਉਮੀਦ ਕਰਦਾ ਹਾਂ ਵੀ ਇਸ ਵੀਡੀਓ ਦੇ ਨਾਲ ਹੋਰ ਹੀ ਵਿਊਜ਼ ਆ ਸੁਣ ਇਨਸ਼ਾਅੱਲਾ ਮੇਰੇ ਕੋ ਥੋੜ੍ਹਾ ਮੋਟੀਵੇਸ਼ਨ ਮਿਲਦਾ ਪਏ ਥੋੜ੍ਹਾ ਮੇਰੇ ਕੋ ਜਿਹੜਾ ਜਜ਼ਬਾ ਹੈ ਮੇਰਾ ਵੱਧਦਾ ਪਏ ਇਸ ਵਜ੍ਹਾ ਤੋਂ ਕਿਉਂਕਿ ਮੈਂ ਹੁਣ ਅਗਰ ਮੇਰੇ ਕੋ ਵਿਊਜ਼ ਮਿਲਦੇ ਰਹੂੰ ਤਾਂ ਮੈਂ ਤੁਹਾਡੇ ਵਾਸਤੇ ਭਰਾਵਾਂ ਵਾਸਤੇ ਡੇਲੀ ਵੀਡੀਓ ਬਣਾ ਸਾਂ ਜਿਹੜੇ ਵਿਊਜ਼ ਮੇਰੇ ਕੋ ਨਿੰਨ ਮਿਲਦੇ ਤਾਂ ਵੱਧ ਮੈਂ ਇਹ ਸੋਚਦਾ ਵੀ ਯਾਰ ਇਸਦਾ ਕ੍ਰੈਡਿਟ ਹੀ ਕੋਈ ਨਹੀਂ ਅਤੇ ਡੇਲੀ ਮੈਂ ਇੰਝ ਮਿਹਨਤ ਕਰਦਾ ਵਾ ਤਾਂ ਯੂਟਿਊਬ ਵਾਲਿਆਂ ਕੋਲ ਕੁਝ ਕਹਿ ਰਹੋ ਤਾਂ ਆਉਂਦੀ ਪਈ ਹੈ ਜਿਹੜਾ ਯੂਟਿਊਬ ਦਾ ਐਲਗੋਰਿਥਮ ਹੈ ਜਾਂ ਜੈਸੀ ਹੈ ਜਿਹੜਾ ਸਿਸਟਮ ਹੈ ਭਾਵੇਂ ਤਾਂ ਮੈਂ ਦੋ ਚਾਰ ਉੱਲੂ ਦਾ ਪੱਠਾ ਗਾਲੀਆਂ ਉੱਲੂ ਦੇ ਪੱਠਾਂ ਕੋ ਕੱਢੀਆਂ ਤਾਂ ਕੋ ਭਾਵੇਂ ਸੁਣੀਆਂ ਨੇ ਅਤੇ ਕਹਿ ਉਹਨਾਂ ਦੇ ਇੰਪਲਾਈ ਉਹਨਾਂ ਕੋਲ ਦੱਸਿਆ ਵੀ ਇਹ ਬੰਦਾ ਮਿਹਨਤ ਸ਼ੋਧਾ ਕਰਦਾ ਵਾ ਤਾਂ ਲੇਕਿਨ ਇਸ ਕੋ ਕ੍ਰੈਡਿਟ ਨਹੀਂ ਮਿਲਦਾ ਪਿਆ ਲਿਹਾਜ਼ਾ ਇਸ ਕੋ ਕ੍ਰੈਡਿਟ ਦਿਓ ਬਹਰਹਾਲ ਇਹ ਕਿਸਮਤ ਦੀ ਗੱਲ ਹੈ ਜਸਟ ਇੰਝ ਮੈਂ ਮਜ਼ਾਕ ਕਰਦਾ ਪਿਆ ਅਤੇ ਇਹ ਮੇਰਾ ਸ਼ੌਕ ਹੀ ਹੈ ਅਤੇ ਮੇਰੀ ਮਿਹਨਤ ਹੀ ਹੈ ਉਹਦੇ ਵਿੱਚ ਕੋਈ ਸ਼ੱਕ ਨਹੀਂ ਮੈਂ ਮਿਹਨਤ ਆਪਣੀ ਕਰਦਾ ਵਾ ਤਾਂ ਅਤੇ ਅੱਗੂ ਮਰਜ਼ੀ ਅੱਲਾ ਤਾਲਾ ਦੀ ਤੁਹਾਨੂੰ ਹੁਣ ਮੈਂ ਇਸ ਏਰੀਏ ਜਿਹੜੇ ਖਲਾਂ ਮੈਂ ਇਹਦਾ ਮਨਾਜ਼ਰ ਦਿਖਾਉਣਾ ਬੈਕ 'ਤੇ ਹੀ ਦੇਖ ਗਿਨੋ ਦੇਖ ਇਹ ਰੋਡ ਇਹਨੇ ਸਾਹਮਣੇ ਬਿਲਕੁਲ ਸਾਹਮਣੇ ਪੰਪ ਹੈ ਸਾਹਮਣੇ ਹੋਂਡਾ ਦੀ ਏਜੰਸੀ ਹੈ ਪਿੱਛੂ ਮੇਰੇ ਰੋਡ ਦੇ ਉੱਤੇ ਅਤੇ ਇਸ ਰੋਡ ਦੇ ਉੱਤੇ ਬਿਲਕੁਲ ਅਤਾ ਉੱਲਾ ਇਸਾਖੇਲਵੀ ਦੀ ਕੋਠੀ ਹੈ ਅਤੇ ਨਾਲ ਮਸਜਿਦ ਹੈ ਤਾਂ ਚਲੋ ਅਤਾ ਉੱਲਾ ਚਾਚਾ ਸਾਡਾ ਹੈ ਤਾਂ ਚਾਚਾ ਕਿਉਂਕਿ ਮੇਰੇ ਕੋਲ ਤਾਂ ਸਿਆਣ ਦੇ ਮੇਰੇ ਵਾਲਿਦ ਸਾਹਿਬ ਅਤੇ ਅਤਾ ਉੱਲਾ ਖਾਨ ਇਸਾਖੇਲਵੀ ਕਲਾਸ ਫੈਲੋ ਹਨ ਅਤੇ ਮੌਸੀਕੀ ਵੀ ਇਕੱਠੀ ਕਰਦੇ ਹਨ ਮੇਰੇ ਵਾਲਿਦ ਸਾਹਿਬ ਉਹਨਾਂ ਕੋਲ ਵੀ ਮੌਸੀਕੀ ਨਾਲ ਦਿਲਚਸਪੀ ਹੈ ਲੇਕਿਨ ਹੁਣ ਕੋਈ ਨਹੀਂ ਇਸ ਟਾਈਮ ਉਹ ਟੀਚਰ ਯਾਨੀ ਕਿ ਹਨ ਤਾਂ ਅਤਾ ਉੱਲਾ ਖਾਨ ਇਸਾਖੇਲਵੀ ਮੇਰੇ ਕੋਲ ਬਜ਼ਾਤ ਖੁਦ ਮੇਰੇ ਕੋਲ ਉਮੀਦ ਹੈ ਵੀ ਮੇਰੇ ਕੋਲ ਸਿਆਣ ਦੇਣ ਅਤੇ ਜ਼ਾਤੀ ਤੌਰ 'ਤੇ ਅਤੇ ਕਿਉਂਕਿ ਮੇਰੇ ਵਾਲਿਦ ਸਾਹਿਬ ਕੋਲ ਸਿਆਣ ਦੂਜਾ ਮੈਂ ਉਹਨਾਂ ਦੇ ਉੱਤੇ ਵੀਡੀਓਜ਼ ਵੀ ਬਣਾਈਆਂ ਹੋਈਆਂ
ਤਾਂ ਉਹਨਾਂ ਕੋਲ ਪਤਾ ਹੈ ਵੀ ਇਹ ਲੜਕਾ ਇਸਖੈਲ ਦਾ ਹੈ ਜਿਹੜਾ ਮੇਰੇ ਉੱਤੇ ਵੀਡੀਓਜ਼ ਬਣਾਉਂਦਾ ਹੈ। ਤਾਂ ਵੱਤ ਦੇਖ ਵੇਹਦੇ ਹਾਂ ਹੁਣ ਸਾਹਮਣੇ, ਇਹ ਦੇਖੋ ਇਹ ਸਾਹਮਣੇ ਮਸਜਿਦ, ਅਤੇ ਇਹ ਸਾਰਾ ਏਰੀਆ ਨਾ ਤੌਲ ਇਸਖੈਲਵੀ ਦੀ ਕੋਠੀ ਦਾ ਹੈ ਜਿਹੜੀ ਮੁਬੈਨ ਤੌਰ 'ਤੇ ਮੇਰੇ ਕੋਲ ਪਤਾ ਲੱਗਿਆ ਵੀ 40 ਕਨਾਲ ਦਾ ਨਾ ਇਹ ਰਕਬਾ ਹੈ ਜਿਹਦੇ ਉੱਤੇ ਇਹਨਾਂ ਦੀ ਕੋਠੀ ਹੈ। ਅਤੇ ਚਲੋ ਦੇਖ ਵੇਹਦੇ ਹਾਂ, ਚੈੱਕ ਕਰਦੇ ਹਾਂ ਤੁਹਾਡੇ ਕੋਲ ਖਾਣਾ ਲਾਰਾਇਬ ਮਸਜਿਦ ਜਿਹੜੀ ਉਹਨਾਂ ਦੀ ਬੇਟੀ ਦੇ ਨਾਂ ਹੈ, ਲਾਰਾਇਬ ਫਾਤਮਾ ਉਹਨਾਂ ਦੀ ਬੇਟੀ ਦਾ ਨਾਂ ਹੈ, ਅਤੇ ਉਹ ਨਹੀਂ ਬਲਕਿ ਲਾਰਾਇਬ ਅਤਾ, ਅਤੇ ਉਹਨਾਂ ਦੀ ਬੇਟੀ ਦਾ ਇਹ ਨਾਂ ਹੈ, ਅਤੇ ਉਹ ਅਮੈਰੀਕਾ ਦੇ ਵਿੱਚ ਹੁੰਦੀ ਹੈ। ਤੁਹਾਡੇ ਮੈਂ ਮਸਜਿਦ ਦਾ ਵਿਜ਼ਿਟ ਕਰਵਾਉਣਾ। ਇਹ ਅਤਾ ਉੱਲਾਹ ਖਾਨ ਇਸਖੈਲਵੀ ਦੀ ਜਿਹੜੀ ਕੋਠੀ ਦਾ ਏਰੀਆ ਹੈ ਨਾ, ਇਹ ਏਰੀਆ ਹੈ ਸਾਰਾ, ਅਤੇ ਇੱਥੇ ਬਾਗ ਲੱਗਾ ਹੋਇਆ ਅੰਦਰ ਬਹੁਤ ਵੱਡਾ, ਅਤੇ ਇਹ ਰੋਡ ਹੈ ਸਾਹਮਣੇ। ਅਤੇ ਬਸ ਇਹ ਮੈਂ ਹੁਣ ਜ਼ਮੀਨਾਂ ਦੇ ਵਿੱਚ ਆਇਆ ਵਾ, ਤਾਂ ਇੱਥੇ ਨਾਲ ਜ਼ਮੀਨਾਂ ਸਾਰੀਆਂ, ਅਤੇ ਇਹ ਦੇਖੋ ਇਹ ਪਾਣੀ ਵੀ ਆਉਂਦਾ ਪਏ, ਵਿਆਲ ਵਾਲਾ ਪਾਣੀ, ਅਤੇ ਇਹ ਰਵਾਂ ਦਵਾਂ ਹੈ ਪਾਣੀ ਇਹ। ਤਾਂ ਇਹ ਪਾਣੀ ਜਿਹੜਾ ਹੈ ਤਾਂ ਇਹ ਕਾਸੂ ਮਰਖਾਨ ਦਾ ਪਾਣੀ, ਅਤੇ ਇਹ ਹੁਣ ਮੈਂ ਦੀਵਾਰ ਦੇ ਨਾਲ ਹਾਂ ਬਿਲਕੁਲ ਅਤਾ ਉੱਲਾਹ ਖਾਨ ਇਸਖੈਲਵੀ ਦੀ ਕੋਠੀ ਦੀ। ਅਤੇ ਇਹ ਦੇਖੋ ਇਹ ਇੱਥੇ ਪਹਾੜਾਂ ਲੱਗੀਆਂ ਹੋਈਆਂ, ਅਤੇ ਇਹ ਸਾਰਾ ਨਿਜ਼ਾਮ ਥਿਆ ਹੋਇਆ। ਤਾਂ ਇਹ ਸਾਹਮਣੇ ਪਿੱਛੂ ਦੇਖਦੇ ਪਏ ਹੋ ਮੇਰੇ, ਇਹ ਅਤਾ ਉੱਲਾਹ ਇਸਖੈਲਵੀ ਦੀ ਕੋਠੀ ਹੈ। ਅਤੇ ਬਸ ਹੁਣ ਦੇਖ ਵੇਹਦੇ ਹਾਂ ਤੁਹਾਨੂੰ ਮਸਜਿਦ ਦਾ ਵਿਜ਼ਿਟ ਕਰਵਾਉਣਾ। ਇਹ ਮਸਜਿਦ ਹੀ ਆ ਗਈ ਬਿਲਕੁਲ ਨਜ਼ਦੀਕ ਆ ਮਸਜਿਦ ਦੇ ਵੀ, ਅਤੇ ਇਹ ਮਸਜਿਦ ਅਤਾ ਉੱਲਾਹ ਇਸਖੈਲਵੀ ਦੀ ਜਿਹੜੀ ਅਤਾ ਉੱਲਾਹ ਖਾਨ ਇਸਖੈਲਵੀ ਬਣਵਾਈ ਹੈ ਆਵਾਮ ਵਾਸਤੇ। ਬਹੁਤ ਸਾਰੇ ਲੋਕ ਇੱਥੇ ਆ ਕੇ, ਯਾਨੀ ਕਿ ਰਸਤੇ 'ਤੇ ਮੁਸਾਫਿਰ ਜਿਹੜੇ ਹਨ, ਗੱਡੀਆਂ ਛੱਡੀਆਂ, ਟਰੱਕ, ਵੱਡੇ ਡੱਬੇ ਇੱਥੇ ਆ ਕੇ ਮਸਜਿਦ ਦੇ ਵਿੱਚ ਨਮਾਜ਼ ਅਦਾ ਕਰਦੇ ਨੇ। ਇਹ ਮਸਜਿਦ ਦੱਸਿਆ ਨੇ ਇਹ, ਅਤੇ ਅੱਗੂ ਉੱਥੇ ਵਾਸ਼ਰੂਮ ਬਣੇ ਹੋਏ ਹਨ, ਅਤੇ ਇਹ ਮੀਨਾਰ ਹੈ ਬੜਾ ਸੋਹਣਾ ਜਿਹਾ ਬਣਾ ਹੋਇਆ। ਮਸਜਿਦ ਦਾ ਫਰੰਟ ਹੈ ਬਿਲਕੁਲ, ਇਹ ਫਰੰਟ ਦੇ ਉੱਤੇ ਮਸਜਿਦ। ਇਹ ਮੇਰੀ ਬਾਈਕ ਖਲੀ ਹੈ, ਅਤੇ ਅਸਾਂ ਹੁਣ ਵੇਹਦੇ ਹਾਂ ਦੇਖਾਂ ਮਸਜਿਦ ਦੇ ਅੰਦਰ ਇਹ ਵਾਸ਼ਰੂਮ ਬਣੇ ਹੋਏ ਨੇ ਮਸਜਿਦ ਦੇ ਇਹ ਵਾਲੇ, ਅਤੇ ਉਸ ਤੋਂ ਬਾਅਦ ਇਹ ਮਸਜਿਦ ਦੇ ਬਹੁਤ ਜ਼ਬਰਦਸਤ ਇਹ ਬਾੜ ਲੱਗੀ ਹੋਈ ਹੈ ਇਸੇ ਦੇ ਇਰਦ ਗਿਰਦ, ਅਤੇ ਇਹ ਵਾਸ਼ਰੂਮ ਆ ਗਏ, ਅਤੇ ਇਹ ਦਰਵਾਜ਼ਾ, ਉਸ ਤੋਂ ਬਾਅਦ ਇਹ ਸਿਹਨ, ਇਹ ਵਜ਼ੂਗਾਹ ਹੈ ਮਸਜਿਦ ਦੀ। ਇਹ ਦੇਖੋ ਇਹ ਜ਼ਬਰਦਸਤ ਬਣੀ ਹੋਈ ਵਜ਼ੂਗਾਹ, ਅਤੇ ਇਹ ਮਸਜਿਦ ਦਾ ਸਿਹਨ ਹੈ। ਅਤੇ ਇਹ ਅਤਾ ਉੱਲਾਹ ਖਾਨ ਇਸਖੈਲਵੀ ਦੀ ਜਿਹੜੀ ਕੋਠੀ ਹੈ ਤਾਂ ਉਹ ਇਸ ਸਾਈਡ 'ਤੇ ਹੈ, ਜਿਹਦੇ ਅੱਗੋਂ ਨਾ ਪੜਦੇ ਲੱਗੇ ਹੋਏ ਨੇ। ਇਹ ਜਿਹੜੀ ਸਾਈਡ ਹੈ ਤਾਂ ਇਸਦੇ ਪਿੱਛੋਂ ਨਾ ਅਤਾ ਉੱਲਾਹ ਖਾਨ ਇਸਖੈਲਵੀ ਦੀ ਕੋਠੀ ਜਿਹੜੀ ਤੁਹਾਨੂੰ ਦਿਖਾ ਨਾ ਸਕਦਾ, ਬਹਰਹਾਲ ਇੱਥੋਂ ਥੋੜ੍ਹਾ ਜਿਹਾ ਤੁਹਾਨੂੰ ਵਿਊ ਦਿਖਾਉਂਦੇ ਹਾਂ। ਅਤੇ ਇਹ ਅੰਦਰਲੀ ਸਾਈਡ ਦਾ ਰਸਤਾ, ਯਾਨੀ ਕਿ ਇਡੂ ਜੇ ਫਿਰ ਕੇ ਆਉਂਦੇ ਕੋਈ ਮਹਿਮਾਨ ਆਉਂਦੇ ਤਾਂ ਇਡੂ ਇਸ ਸਾਈਡ ਆਉਂਦੇ, ਬਲਕਿ ਬਾਹਰੋਂ ਫਿਰ ਕੇ ਨਹੀਂ ਆਉਂਦੇ। ਅਤੇ ਇਹ ਮਸਜਿਦ ਦਾ ਜਿਹੜਾ ਮੀਨਾਰ ਹੈ ਨਾ, ਇਹਦੇ ਉੱਤੇ ਲਿਖਿਆ ਹੋਇਆ ਲਾਰਾਇਬ ਮਸਜਿਦ। ਤੁਹਾਨੂੰ ਅਗਰ ਨਜ਼ਰ ਨਹੀਂ ਆਉਂਦਾ ਪਿਆ ਤਾਂ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾਉਣਾ। ਇਹ ਦੇਖੋ ਇਹ ਸਾਹਮਣੇ ਲਿਖਿਆ ਹੋਇਆ ਲਾਰਾਇਬ ਮਸਜਿਦ। ਤਾਂ ਇਹ ਜਿਹੜਾ ਹੈ ਤਾਂ ਇਹ ਲਾਰਾਇਬ ਮਸਜਿਦ ਲਿਖਿਆ ਹੋਇਆ। ਤਾਂ ਇਹ ਲਾਰਾਇਬ ਅਤਾ ਉੱਲਾਹ ਖਾਨ ਇਸਖੈਲਵੀ ਦੀ ਜਿਹੜੀ ਬੇਟੀ, ਉਹਦਾ ਨਾਂ ਲਾਰਾਇਬ ਹੈ, ਜਿਹੜੀ ਅਮੈਰੀਕਾ ਦੇ ਵਿੱਚ ਪੜ੍ਹਦੀ ਪਈ ਹੈ, ਉਹ ਅਮੈਰੀਕਾ ਦੇ ਵਿੱਚ ਰਹਿੰਦੀ ਹੈ। ਅਤੇ ਇਹ ਮਸਜਿਦ ਦਾ ਮੰਜ਼ਰ ਇਹ ਨੇ। ਤਾਂ ਇਹ ਵਜ਼ੂਗਾਹ ਬਣੀ ਹੋਈ ਹੈ, ਤੁਹਾਨੂੰ ਦਿਖਾ ਚੁੱਕਾ ਹਾਂ। ਇਹ ਸਾਹਮਣੇ ਵਾਸ਼ਰੂਮ ਹਨ ਇਹ ਵਾਲੇ, ਅਤੇ ਇਹ ਮਸਜਿਦ ਦਾ ਅੰਦਰ ਸਿਹਾਂ ਨੇ ਉੱਥੇ, ਅਤੇ ਇਹ ਅੰਦਰੋਂ ਮਹਿਮਾਨ ਜਿਹੜੇ ਅੰਦਰੋਂ ਕੋਠੀ ਨੂੰ ਫਿਰ ਕੇ, ਅਤੇ ਇਸ ਦਰਵਾਜ਼ੇ ਦੁਆਨ ਹਨ ਇਹ ਮਸਜਿਦ ਦਾ ਮੀਨਾਰ। ਅਤੇ ਇਹ ਬੜੇ ਵੱਡੇ ਸੋਹਣੇ ਸੋਹਣੇ ਦਰਖਤ ਲੱਗੇ ਹੋਏ ਹਨ ਮਸਜਿਦ ਦੇ ਅੰਦਰ, ਸੁੱਕ ਦਿਖਾਉਂਦੇ ਹਾਂ। ਤਾਂ ਇਹ ਮਸਜਿਦ ਦੇ ਅੰਦਰ ਪੱਥਰ ਪਏ, ਇਸ ਨੂੰ ਮੈਂ ਹਟਾਉਣਾ, ਅਤੇ ਖੋਲ੍ਹਦੇ ਹਾਂ ਦਰਵਾਜ਼ਾ, ਮੈਂ ਆਪਣੇ ਬੂਟ ਲਹਾਉਣਾ। ਇਹ ਅੱਲਾਹੁ ਮਫਤਾ ਅਲੀ ਅੱਬਾ ਵਰਾਮਤਿਕਾ, ਇਹ ਮਸਜਿਦ ਦਾਖਲ ਥੀ ਗਏ ਹਾਂ। ਇਹ ਮਸਜਿਦ ਦਾ ਸਿਹਨ ਹੈ, ਇਹ ਮੇਨ ਦਰਵਾਜ਼ਾ ਇੱਥੇ ਇਹ ਮਸਜਿਦ ਦੇ।
ਚਲੋ ਦੇਖਾ ਅੰਦਰ ਬਣ ਕੇ ਵਿਜ਼ਿਟ ਕਰਦੇ ਹਾਂ ਮਸਜਿਦ ਦਾ, ਦੇਖਾ ਕਿੰਨੇ ਮੈਂ ਤਾਂ ਕਿਤੇ ਦਫ਼ਾ ਆਇਆ ਇੱਥੇ ਇਹ ਮਸਜਿਦ ਇਹ ਤਾਂ ਇਹ ਮਸਜਿਦ ਦਾ ਫਰਸ਼ ਜ਼ਬਰਦਸਤ ਲੱਗਾ ਹੈ, ਬਹੁ ਜ਼ਬਰਦਸਤ ਫਰਸ਼ ਹੈ ਅਤੇ ਇਹ ਮਸਜਿਦ ਦਾ ਮੀਨਾਰ ਅੰਦਰ ਪੌਦੇ ਜ਼ਬਰਦਸਤ ਮਸਜਿਦ ਤਾਂ ਇਹ ਅਤਾ ਉੱਲਾਹ ਖਾਨ ਇਸਖੇਲਵੀ ਜਿਹੜੀ ਮਸਜਿਦ ਬਣਵਾਈਏ ਇਹ ਮਸਜਿਦ ਦਾ ਅੰਦਰ ਲੱਕੜੀ ਦਾ ਕੰਮ ਥਿਆ ਖਲ ਹੈ, ਉੱਤੇ ਦੇਖੋ ਨਕਸ਼ ਨਿਗਾਰੀ ਥਈ ਖਲੀ ਹੈ ਬਹੁ ਜ਼ਬਰਦਸਤ ਕਿਸਮ ਦੀ ਇਹ ਤਾਂ ਅੰਦਰ ਤਾਂ ਹੁਣ ਬੰਦ ਪਈਏ ਕਿਉਂਕਿ ਨਮਾਜ਼ ਦਾ ਟਾਈਮ ਥੀ ਸੀ ਤਾਂ ਖੁੱਲ੍ਹ ਸੀ, ਲਿਹਾਜ਼ਾ ਅਸਾਂ ਮੈਂ ਆਇਆ ਖਲਾਂ ਵਕਤੋ ਯਾਨੀ ਕਿ ਵਕਤ ਪਹਿਲੇ ਨਮਾਜ਼ ਤੋਂ ਅੰਦਰ ਦਾ ਇਹ ਵਿਊ ਵੀ ਨੇ ਮਸਜਿਦ ਦੇ ਅੰਦਰ ਦਾ ਤਾਂ ਇਹ ਮਸਜਿਦ ਜਿਹੜੀ ਅਤਾ ਉੱਲਾਹ ਖਾਨ ਇਸਖੇਲਵੀ ਬਣਵਾਈਏ ਇਹ ਨਾਲ ਵਿਊ ਹੈ ਜਿਹੜਾ ਜ਼ਮੀਨਾਂ ਦੇ ਵਿੱਚ ਮੈਂ ਹੁਣ ਵਧਦਾ ਹਾਂ ਉੱਥੇ ਇਹ ਨਾਲ ਉਹ ਲੱਗਾ ਹੋਇਆ ਇਹ ਸਾਰਾ ਜੰਗਲਾ ਮਸਜਿਦ ਦਾ ਅਤੇ ਇਹ ਸਾਰਾ ਜ਼ਮੀਨਾਂ ਦਾ ਵਿਊ ਤੁਸੀਂ ਦੇਖਦੇ ਪਏ ਹੋ ਸਾਰਾ ਜ਼ਮੀਨਾਂ ਇਹ ਰੋਡ ਨਾਲ ਬਿਲਕੁਲ ਰੋਡ 'ਤੇ ਟ੍ਰੈਫਿਕ ਰਵਾਂ ਦਵਾਂ ਹੈ ਬਿਲਕੁਲ ਅਤੇ ਇਹ ਉਹ ਦਰਵਾਜ਼ਾ ਜਿਹਦੇ 'ਚ ਮੈਂ ਐਂਟਰ ਥੀ ਕੇ ਆਇਆ ਅਤੇ ਇਹ ਉਹ ਮਸਜਿਦ ਹੈ ਜਿਹੜੀ ਅਤਾ ਉੱਲਾਹ ਖਾਨ ਇਸਖੇਲਵੀ ਬਣਵਾਈ ਆਪਣੀ ਬੇਟੀ ਲਾਰੈਬ ਦੇ ਨਾਂ 'ਤੇ ਲਾਰੈਬ ਮਸਜਿਦ ਇਹਦੇ ਨਾਲ ਬਿਲਕੁਲ ਕੋਠੀ ਹੈ ਜਿੱਥੇ ਇੱਕ ਵੱਡਾ ਸਾਰਾ ਗੇਟ ਹੈ ਜਿਹਦੇ ਉੱਤੇ ਲਿਖੋ ਇਸਖੇਲਵੀ ਤਾਂ ਉੱਥੇ ਵੀ ਇਨਸ਼ਾਅੱਲਾ ਤੁਹਾਨੂੰ ਵਿਜ਼ਿਟ ਜਲਦੀ ਕਰਵਾਉਣ ਵਾਲਾ ਅਤੇ ਮੇਰਾ ਦਿਲ ਇਹ ਮੈਂ ਤੁਹਾਨੂੰ ਅੰਦਰ ਦਾ ਵਿਜ਼ਿਟ ਕਰਵਾਵਾਂ ਲੇਕਿਨ ਅੰਦਰ ਵੰਨਣਾ ਬਹੁ ਨਾਮੁਮਕਿਨ ਹੈ ਮੈਂ ਕੋਸ਼ਿਸ਼ ਕਰਸਾਂ ਬਈ ਅੰਦਰ ਮੰਨ ਕੇ ਤੁਹਾਨੂੰ ਵਿਜ਼ਿਟ ਕਰਵਾਵਾਂ ਲੇਕਿਨ ਹੈ ਨਾਮੁਮਕਿਨ ਗੱਲ ਆ ਮੇਰੇ ਵਾਲਦ ਸਾਹਿਬ ਅਗਰ ਮੇਰੇ ਨਾਲ ਹੁੰਦੇ ਤਾਂ ਇਨਸ਼ਾਅੱਲਾ ਉਹਨਾਂ ਕੋਲ ਨਾਲ ਕਹਿਣ ਲਈ ਆਉਣ ਸਾਂ ਤਾਂ ਬਾਅਦ ਵਿਜ਼ਿਟ ਕਰਸੂ ਇਨਸ਼ਾਅੱਲਾ ਅਤੇ ਚਲੋ ਬਾਤ ਇਹ ਮੈਂ ਮਸਜਿਦ ਦੀ ਵੀਡੀਓ ਅੱਜ ਸਪੈਸ਼ਲ ਬਣਾਉਣਾ ਹੈ ਮੈਂ ਕਦੋਂ ਦਾ ਆਦਾ ਬਤਾਂ ਵੀ ਵੀਡੀਓ ਬਣਾ ਸਾਂ ਮਸਜਿਦ ਦੀ ਲੇਕਿਨ ਅੱਜ ਮੇਰੇ ਕੋਲ ਮੌਕਾ ਮਿਲਿਆ ਛੁੱਟੀ ਤਾਂ ਮੈਂ ਆ ਬਣਾ ਮਸਜਿਦ ਦੀ ਵੀਡੀਓ ਬਣਾਉਣ ਬਸ ਹੁਣ ਥੈਂਕ ਯੂ ਮੈਂ ਤੁਹਾਡੇ ਕੋਲ ਇਜਾਜ਼ਤ ਮੰਗਸਾਂ ਜਦੋਂ ਦਿਓ ਪਿਆਰ ਦਿਓ ਬਹੁਤ ਜ਼ਿਆਦਾ ਵਿਰਾਹ ਕੋ ਵਿਰਾਹ ਦਾ ਚਾਹੇ ਮੈਂ ਪ੍ਰਮੋਟ ਕਰੋ ਸਰੈਕੀ ਦੇ ਵਿੱਚ ਹੁਣ ਇਨਸ਼ਾਅੱਲਾ ਸਾਰੇ ਵਲੋਗ ਤੁਹਾਨੂੰ ਮਿਲ ਸਨ ਅਤੇ ਇਨਸ਼ਾਅੱਲਾ ਤੁਹਾਨੂੰ ਮੈਂ ਮਜ਼ੇਦਾਰ ਜਹਾਈਆਂ 'ਤੇ ਖੜਸਾਂ ਹੋਰ ਵੀ ਇਜਾਜ਼ਤ ਦਿਓ ਦੁਆਵਾਂ ਯਾਦ ਰੱਖੋ ਇਤਨਾ ਪਿਆਰ ਇਤਨਾ ਹੈ ਇਤਨਾ ਜਿਤਨਾ ਮੇਰੇ ਕੋ ਉਸ ਤੋਂ ਜ਼ਿਆਦਾ ਅੱਲਾ ਹਾਫਿਜ਼।